ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਂਝ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵਿਗਲ। ਜਿਵੇਂ ਕਿ ਕਰੋਨਾ ਦਾ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਕੀ ਟ੍ਰੇਨਾਂ ਸਭ ਕੁਝ ਬੰਦ ਕੀਤਾ ਹੋਇਆ ਸੀਗਾ। ਜਿੱਥੇ ਰੇਲਵੇ ਦੀਆਂ ਟ੍ਰੇਨਾਂ ਬੰਦ ਸੀ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਟੋਟਲ ਹੀ ਲੋਕਡਾਊਨ ਸੀਗਾ। ਅੱਜ ਪੰਜਾਬ ਰੋਡਵੇਜ਼ ਵੱਲੋਂ ਰਾਹਤ ਦੀ ਖਬਰ ਆਈ ਹੈ, ਜਿਹਦਾ ਕਰਕੇ ਕਿ ਜਲੰਧਰ ਦੇ ਬੱਸ ਸਟੈਂਡ 'ਤੇ ਅਸੀਂ ਪਹੁੰਚੇ ਹਾਂ ਕਿ ਜੋ ਜਲੰਧਰ ਦੇ ਰੋਡਵੇਜ਼ ਵੱਲੋਂ ਬੱਸਾਂ ਚਲਾਈਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਵੀ ਸੋਸ਼ਲ ਡਿਸਟੈਂਸ ਇੰਨਾ ਨਹੀਂ ਰੱਖਿਆ ਗਿਆ। ਇਹ ਜਿਵੇਂ ਸਰਕਾਰ ਵੱਲੋਂ ਕਿਹਾ ਗਿਆ ਕਿ ਸੋਸ਼ਲ ਡਿਸਟੈਂਸ ਦੀ ਵਰਤੋਂ ਕੀਤੀ ਜਾਵੇ, ਬਹੁਤ ਘੱਟ ਲੋਕ ਜੋ ਇਸ ਚੀਜ਼ ਦੀ ਵਰਤੋਂ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਇਹ ਕਿਹੋ ਜਿਹਾ ਮਾਹੌਲ ਹੈ ਇੱਥੇ। ਇੱਥੇ ਦੇ ਯਾਤਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਕੀ ਨਾਮ ਜੀ? ਕੁਲਜੀਤ ਖਾਨ। ਲੁਧਿਆਣੇ ਜਾਣਾ। ਹਾਂਜੀ, ਬਹੁਤ ਵਧੀਆ ਲੱਗਿਆ ਸਾਨੂੰ। ਵਧੀਆ ਲੱਗਿਆ ਕਿ 2 ਮਹੀਨੇ ਤੋਂ ਘਰੇ ਬੈਠੇ, ਦਵਾਈ ਤੋਂ ਵੀ ਬੈਠੇ ਸੀਗੇ, ਅੱਜ ਬੱਸ ਚੱਲੀ ਹੈ ਤੇ ਸਾਨੂੰ ਥੋੜੀ ਰਾਹਤ ਮਿਲ ਗਈ ਹੈ ਦਵਾਈਦਾਰੇ ਤੋਂ। ਅਸੀਂ ਸਵਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਇਸ ਟਾਈਮ ਅਸੀਂ ਟਿਕਟ ਕਾਊਂਟਰ ਤੇ ਵੀ ਜਾਵਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਵੱਲੋਂ ਬੁਖਾਰ ਚੈੱਕ ਕੀਤਾ ਜਾ ਰਿਹਾ, ਹੋਰ ਵੀ ਟਿਕਟਾਂ ਕੱਟੀਆਂ ਜਾ ਰਹੀਆਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਕੀ ਨਾਮ ਜੀ? ਅਮਨਦੀਪ ਸਿੰਘ। ਸਰ, ਤੁਹਾਡੇ ਵੱਲੋਂ ਹਰੇਕ ਸਵਾਰੀ ਦਾ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਤੇ ਹੋਰ ਕੀ ਹਦਾਇਤਾਂ ਦਿੱਤੀਆਂ? ਸਵਾਰੀਆਂ ਦੀ ਸੋਸ਼ਲ ਡਿਸਟੈਂਸਿੰਗ ਦੀ ਹਦਾਇਤਾਂ ਮਤਲਬ ਦਿੱਤੀਆਂ ਜਾ ਰਹੀਆਂ ਕਿ ਸੋਸ਼ਲ ਡਿਸਟੈਂਸਿੰਗ ਬਣਾ ਕੇ ਖੜਨਾ ਹੈ। ਠੀਕ ਹੈ ਨਾ, ਜੋ ਵੀ ਬੱਸਾਂ ਦੇ ਵਿੱਚ ਬੈਠ ਰਹੇ ਆ, ਤਿੰਨਾਂ ਵਾਲੀਆਂ ਸੀਟਾਂ 'ਤੇ 2 ਸਵਾਰੀਆਂ ਨੂੰ ਬਿਠਾਇਆ ਜਾ ਰਿਹਾ, ਦੋ ਸੀਟਾਂ ਵਾਲੀ 'ਤੇ 1 ਸਵਾਰੀ ਨੂੰ ਬਿਠਾਇਆ ਰਿਹਾ। ਟੋਟਲ ਬੱਸ ਦੇ ਵਿੱਚ 30 ਸਵਾਰੀ ਨੂੰ ਬਿਠਾਇਆ ਜਾ, 30 ਤੋਂ ਵੀ ਘੱਟ ਹੀ, 25 ਤੋਂ 30 ਦੇ ਵਿਚਕਾਰ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਜੀ। ਜੇ ਕੋਈ ਸਵਾਰੀ ਮਾਸਕ ਪਾ ਕੇ ਨਹੀਂ ਆਉਂਦੀ ਤੇ ਉਹਨਾਂ ਕਿੱਦਾਂ ਮੈਨੇਜ ਕਰਦੇ? ਸਰ, ਉਹ ਮਾਸਕ ਇੱਥੇ ਐਸ ਐਸ ਸਾਹਿਬ ਦੇ ਕਮਰੇ ਦੇ ਵਿੱਚ ਰੱਖੇ ਹੋਏ ਆ। ਜੇਕਰ ਕੋਈ ਨਹੀਂ ਲੈ ਕੇ ਆ ਰਿਹਾ ਤਾਂ ਉਹਨੂੰ ਮਾਸਕ ਪ੍ਰੋਵਾਈਡ ਕਰਕੇ ਹੀ, ਉਹਦਾ ਟੈਂਪਰੇਚਰ ਚੈੱਕ ਕਰਕੇ ਉਹਨੂੰ ਮਾਸਕ ਪਵਾ ਕੇ ਫਿਰ ਹੀ ਸੈਨੇਟਾਈਜ਼ਰ ਉਹਦੇ ਹੈਂਡ ਕਰਵਾ ਕੇ ਫਿਰ ਹੀ ਬਿਠਾਇਆ ਜਾ ਰਿਹਾ ਜੀ ਬੱਸ ਦੇ ਵਿੱਚ। ਜੀ ਬਿਲਕੁਲ, ਜਿਵੇਂ ਤੁਸੀਂ ਦੇਖਿਆ ਕਿ ਸਰ, ਜੋ ਰੋਡਵੇ ਦੇ ਕਰਮਚਾਰੀ ਨੇ ਉਹਨਾਂ ਨੂੰ ਗਲਵਸ ਵੀ ਦਿੱਤੇ ਗਏ ਨੇ, ਸੈਨੇਟਾਈਜ਼ਰ ਵੀ ਦਿੱਤਾ ਗਿਆ ਹੈ ਅਤੇ ਹੋਰ ਉਹਨਾਂ ਨੂੰ ਪ੍ਰਿਕੋਸ਼ਨ ਵਰਤਣ ਲਈ ਜੋ ਕਿਹਾ ਗਿਆ ਕਿ ਇੱਥੇ ਸੋਸ਼ਲ ਡਿਸਟੈਂਸ ਰੱਖਿਆ ਜਾਵੇ। ਪਰ ਤੁਸੀਂ ਦੇਖ ਸਕਦੇ ਹੋ ਹੁਣੇ ਹੁਣੇ ਜਿਹੜਾ ਥੋੜ੍ਹਾ ਜਿਹਾ ਇੱਥੇ ਸੋਸ਼ਲ ਡਿਸਟੈਂਸ ਬਣਾ ਕੇ ਮੇਨਟੇਨ ਕੀਤਾ ਗਿਆ। ਥੋੜ੍ਹੀ ਦੇਰ ਪਹਿਲੇ ਇੱਥੇ ਕੋਈ ਵੀ ਸੋਸ਼ਲ ਡਿਸਟੈਂਸ ਨਹੀਂ ਸੀਗਾ, ਜਿਸ ਟਾਈਮ ਮੀਡੀਆ ਇੱਥੇ ਆਈ ਆ ਉਹਦੇ ਬਾਅਦ ਹੀ ਇੱਥੇ ਡਿਸਟੈਂਸ ਮੇਨਟੇਨ ਕੀਤਾ ਗਿਆ। ਅਤੇ ਇੱਥੇ ਕੋਈ ਵੀ ਪੁਲਿਸ ਅਧਿਕਾਰੀ ਜਾਂ ਪੁਲਿਸ ਦਾ ਮੁਲਾਜ਼ਮ ਵੀ ਨਹੀਂ ਮੌਜੂਦ, ਕਿਉਂਕਿ ਜੇ ਗੱਲ ਕਰੀਏ ਕਿ ਸੋਸ਼ਲ ਡਿਸਟੈਂਸ ਸਰਕਾਰ ਵੱਲੋਂ ਬਹੁਤ ਹਦਾਇਤਾਂ ਦਿੱਤੀਆਂ ਗਈਆਂ ਕਿ ਸੋਸ਼ਲ ਡਿਸਟੈਂਸ ਦੀ ਵਰਤੋਂ ਕੀਤੀ ਜਾਵੇ ਅਤੇ ਮਾਸਕ ਸੈਨੇਟਾਈਜ਼ਰ ਜ਼ਰੂਰ ਵਰਤੋਂ ਕੀਤੀ ਜਾਵੇ। ਇਸ ਟਾਈਮ ਅਸੀਂ ਤੁਹਾਨੂੰ ਬੱਸ ਦਾ ਵੀ ਮਾਹੌਲ ਦਿਖਾਵਾਂਗੇ ਕਿ ਬੱਸ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ। ਜੋ ਸਵਾਰੀਆਂ ਕਾਫੀ ਚਿਰਾਂ ਤੋਂ ਇੱਥੇ ਫਸੀਆਂ ਹੋਈਆਂ ਸੀਗੀਆਂ, ਜਿਹਨਾਂ ਜਲੰਧਰ ਤੋਂ ਲੁਧਿਆਣੇ ਜਾਣਾ ਸੀ ਜਾਂ ਲੁਧਿਆਣੇ ਜਲੰਧਰ ਤੋਂ ਅੰਮ੍ਰਿਤਸਰ ਜਾਣਾ ਸੀਗਾ, ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਮੁਸਕਾਨ ਦੇਖਣ ਨੂੰ ਮਿਲੀ ਹੈ। ਜੋ ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਚਲਾਈਆਂ ਗਈਆਂ, ਲੋਕ ਜਾਣ ਨੂੰ ਵੀ ਤਿਆਰ ਹੋ ਚੁੱਕੇ ਨੇ ਅਤੇ ਜਾ ਵੀ ਰਹੇ ਨੇ। ਥੋੜ੍ਹੀ ਜਿਹੀ ਦਿੱਕਤ ਜ਼ਰੂਰ ਆ ਰਹੀ ਹੈ, ਪਰ ਸਰਕਾਰ ਵੱਲੋਂ ਜੋ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਲੋਕਾਂ ਨੂੰ ਰਾਹਤ ਦੀ ਖਬਰ ਮਿਲੀ ਹੈ ਕਿ ਜਦੋਂ ਰੋਡਵੇਜ਼ ਦੀਆਂ ਬੱਸਾਂ ਚੱਲੀਆਂ ਨੇ, ਸੋ ਜੋ ਲੋਕ ਫਸੇ ਹੋਏ ਸੀਗੇ ਉਹ ਆਪਣੇ ਆਪਣੇ ਜਿਵੇਂ ਰਿਸ਼ਤੇਦਾਰਾਂ ਦੇ ਆਏ ਸੀਗੇ, ਆਪਣੇ ਘਰ ਜਾਣ ਨੂੰ ਤਰਸ ਰਹੇ ਸੀ, ਹੁਣ ਜਾ ਸਕਦੇ ਨੇ ਜੀ। ਅਸੀਂ ਹੋਰ ਵੀ ਕੰਡਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਕੀ ਇੰਤਜ਼ਾਮ ਕਰਨ ਦੇ ਲਈ ਤੁਹਾਨੂੰ ਕਿਹਾ ਗਿਆ? ਸਰ, ਸਾਨੂੰ ਇੱਕ ਤਾਂ ਆਪਣੇ ਵਾਸਤੇ ਗਲਵਜ਼ ਦਿੱਤੇ ਹੋਏ ਆ ਅਤੇ ਸੈਨਾਟਾਈਜ਼ਰ, ਅਤੇ ਸਾਡਾ ਕੈਬਨ ਬਣਿਆ ਹੋਇਆ ਅੱਗੇ, ਬਸ ਇਹੋ ਹੀ ਹੈ। ਸਵਾਰੀਆਂ ਨੂੰ ਟਿਕਟਾਂ ਕੱਟਣੀਆਂ ਆਪਾਂ, ਅਤੇ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਹਿਸਾਬ ਨਾਲ ਬਿਠਾਉਣਾ। 3 ਵਾਲੀ ਸੀਟ 'ਤੇ 2 ਜਣੇ, 1 ਵਾਲੀ 'ਤੇ ਸਿੰਗਲ। ਇੱਕ ਬੱਸ 'ਚ ਕਿੰਨੀਆਂ ਸਵਾਰੀਆਂ ਇੱਕ ਟਾਈਮ 'ਤੇ ਜਾ ਸਕਦੀਆਂ? 25 ਤੋਂ 26 ਤੱਕ ਬਸ, ਜਿੱਦਾਂ 52 ਸੀਟਰ ਗੱਡੀ ਆ ਉਹਦੀਆਂ 26, ਜੇ 50 ਸੀਟਰ ਉਹਦੀਆਂ 25। ਹਾਂਜੀ ਜੀ, ਬਿਲਕੁਲ ਜਿਵੇਂ ਕੰਡਕਟਰ ਦਾ ਕਹਿਣਾ ਆ ਕਿ ਇੱਕ ਬੱਸ ਦੇ ਵਿੱਚ 25 ਤੋਂ 26 ਲੋਕ ਹੀ ਸਵਾਰ ਹੋ ਸਕਦੇ ਨੇ ਇੱਕ ਟਾਈਮ 'ਤੇ, ਅਤੇ ਬੱਸਾਂ ਨੋਨ ਸਟੋਪ ਚਲਾਈਆਂ ਜਾਣਗੀਆਂ। ਜਿਵੇਂ ਜਲੰਧਰ ਤੋਂ ਜੋ ਪਠਾਨਕੋਟ ਜਾਂਦੀ ਆ, ਉਹ ਇੱਕ ਰਸਤੇ ਦੇ ਵਿੱਚ ਕਿਤੇ ਵੀ ਨਹੀਂ ਰੁਕੇਗੀ। ਡਰਾਈਵਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ। ਹਾਂਜੀ ਭਾਈ, ਸਰਕਾਰ ਵੱਲੋਂ ਕੀ ਹਦਾਇਤਾਂ ਦਿੱਤੀਆਂ ਗਈਆਂ ਤੁਹਾਨੂੰ? ਹਦਾਇਤਾਂ ਸਾਨੂੰ ਠੀਕ ਹੈ, ਜਦੋਂ ਦਾ ਲੋਕਡਾਊਨ ਹੋਇਆ ਪਿਆ 24 ਤਰੀਕ ਦਾ ਪਿਛਲੇ ਮਹੀਨੇ ਤੋਂ, ਉਹਦੇ ਬਾਅਦ ਗੱਡੀਆਂ ਸੈਨੇਟਾਈਜ਼ ਹੋ ਰਹੀਆਂ, ਸਾਨੂੰ ਦਸਤਾਨੇ ਦੇ ਰਹੇ ਨੇ, ਮਾਸਕ ਦੇ ਰਹੇ ਨੇ। ਦੂਜਾ, ਸਾਨੂੰ ਜਿੱਦਾਂ ਵੈਸੇ ਅਸੀਂ
ਤਕਰੀਬਨ ਅਸੀਂ ਚੱਲੇ ਹਾਂ ਲੈ ਕੇ ਲੇਬਰ ਨੂੰ ਲੈ ਕੇ ਅੰਮ੍ਰਿਤਸਰ ਜਾ ਰਹੇ ਸਟੇਸ਼ਨ ਦੇ, ਕਦੀ ਕਿਤੇ ਜਲੰਧਰ ਆ ਰਹੇ ਹਾਂ, ਕੋਈ ਲੁਧਿਆਣੇ ਲੈ ਕੇ ਜਾ ਰਹੇ ਹਾਂ, ਅਤੇ ਸਾਡੀ ਤਨਖਾਹ ਨੂੰ ਹੀ ਵੈਸੇ ਉਹ ਪਾ ਰਹੇ ਨੇ। ਬੱਸ ਕਿੱਥੋਂ ਕਿੱਥੋਂ ਤੱਕ ਜਾਏਗੀ? ਇਹ ਬੱਸ ਪਠਾਨਕੋਟ ਤੋਂ ਚੱਲ ਕੇ ਜਲੰਧਰ ਆਈ ਹੈ ਅਤੇ ਜਲੰਧਰ ਤੋਂ ਚੱਲ ਕੇ ਪਠਾਨਕੋਟ ਜਾਏਗੀ। ਰਸਤੇ 'ਚ ਕਿਤੇ ਕੋਈ ਸਟੋਪ ਲੱਗਾ? ਰਸਤੇ 'ਚ ਕੋਈ ਸਟੋਪ ਨਹੀਂ, ਜਿਹੜੀ ਸਵਾਰੀ ਬੈਠੂਗੀ ਉਹਨੂੰ ਉਤਾਰਾਂਗੇ, ਰਸਤੇ 'ਚ ਚੜਾਵਾਂਗੇ, ਕੋਈ ਨਹੀਂ। ਜੀ ਬਿਲਕੁਲ, ਸਾਡੇ ਨਾਲ ਮੈਨੇਜਰ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਕੀ ਨਾਮ ਜੀ ਤੁਹਾਡਾ? ਨਵਰਾਜ ਬੱਤ ਜੀ, ਜਨਰਲ ਮੈਨੇਜਰ ਪੰਜਾਬ ਰੋਡ। ਸਰ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਇੱਥੇ ਬੱਸਾਂ ਚਲਾਉਣ ਦੇ ਲਈ? ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਨਾ ਜਿਹੜੀ ਪੁਆਇੰਟ ਟੂ ਪੁਆਇੰਟ ਸਰਵਿਸ ਸ਼ੁਰੂ ਕੀਤੀ ਹੈ, ਜਿਸ ਤਰ੍ਹਾਂ ਜਲੰਧਰ ਤੋਂ ਅੰਮ੍ਰਿਤਸਰ, ਜਲੰਧਰ ਤੋਂ ਪਠਾਨਕੋਟ, ਜਲੰਧਰ ਤੋਂ ਮੋਹਾਲੀ, ਅਤੇ ਉਹਦੇ ਵਿੱਚ ਇਹ ਹੈ ਹਦਾਇਤਾਂ ਨੇ ਵੀ ਜਿਹੜੀ ਵੀ ਸਵਾਰੀ ਨੇ ਸਫ਼ਰ ਕਰਨਾ ਉਹਦੇ ਮਾਸਕ ਪਾਉਣਾ ਚਾਹੀਦਾ ਜ਼ਰੂਰ, ਅਤੇ ਉਹਦੀ ਥਰਮਲ ਚੈਕਿੰਗ ਅਸੀਂ ਕਰਕੇ ਉਸ ਤੋਂ ਬਾਅਦ ਕਨੈਕਟਡ ਡਰਾਈਵਰ ਨੂੰ ਅਸੀਂ ਗਲਵਸ ਪ੍ਰੋਵਾਈਡ ਕਰਾਇਆ, ਸੈਨੇਟਾਈਜ਼ਰ ਪ੍ਰੋਵਾਈਡ ਕਰਾਇਆ, ਅਤੇ ਪੁਆਇੰਟ ਟੂ ਪੁਆਇੰਟ ਸਰਵਿਸ ਲਾਈ ਆ ਵੀ ਨੋਨ ਸਟੋਪ ਸਰਵਿਸ ਚਲਾਈ ਆ, ਰਸਤੇ ਵਿੱਚ ਕਦੇ ਸਵਾਰੀ ਰੁਕੂ ਲਊਗੇ ਨਹੀਂ, ਨਾ ਚੁੱਕੂ ਲੈਣਗੇ ਨਾ ਲਾਉਣਗੇ। ਜੀ ਟੋਟਲ ਕਿੰਨੀਆਂ ਬੱਸਾਂ ਚੱਲੀਆਂ ਨੇ ਇੱਥੋਂ? ਅੱਜ ਟੋਟਲ ਸਵੇਰ ਦੀਆਂ ਚਾਰ ਬੱਸਾਂ ਚੱਲੀਆਂ, ਤਿੰਨ ਬੱਸਾਂ ਗਈਆਂ। ਇੱਕ ਡੀਪੂ ਦੇ ਉੱਤੋਂ ਕਿੰਨੀਆਂ ਬੱਸਾਂ ਜਿਵੇਂ ਜਲੰਧਰ ਤੋਂ ਅੰਮ੍ਰਿਤਸਰ ਦੇ ਲਈ ਕਿੰਨੀਆਂ? ਦੋ ਬੱਸਾਂ ਜਲੰਧਰ ਤੋਂ ਅੰਮ੍ਰਿਤਸਰ ਲਈ ਗਈਆਂ ਜੀ, ਇੱਕ ਪਠਾਨਕੋਟ ਤੋਂ ਗਈ। ਕੋਈ ਟਾਈਮਿੰਗ ਨਹੀਂ ਆਈ ਕਿ ਕਿੰਨੇ ਟਾਈਮਿੰਗ ਦੇ ਉੱਤੇ ਬੱਸ ਜਾਣੀ ਆ? ਕਿਉਂਕਿ ਇੱਥੇ ਸਵਾਰੀਆਂ ਦਾ ਵੀ ਕਹਿਣਾ ਕੋਈ 5:30 ਵਜੇ ਦੀ ਆਣ ਕੇ ਬੈਠੀ ਹੈ, ਕੋਈ 6 ਵਜੇ ਦੀ, ਅਤੇ ਹੁਣ ਤਕਰੀਬਨ 10 ਵਜੇ ਦੇ ਕਰੀਬ ਟਾਈਮ ਹੋ ਚੁੱਕਾ। ਜਿਹੜੇ ਪੈਸੰਜਰ ਸੀ ਨਾ ਜੀ, ਇਹ ਸਾਡੇ ਪੰਜਾਬ ਦੇ ਪੈਸੰਜਰ ਨਹੀਂ ਸੀ ਜੀ, ਇਹ ਪ੍ਰਵਾਸੀ ਮਜ਼ਦੂਰ ਸੀ ਜਿਹੜੇ ਜ਼ਿਆਦਾਤਰ ਪਹਿਲਾਂ ਉਹ ਬੈਠ ਗਏ ਸੀ ਜਾ ਕੇ, ਅਤੇ ਬਾਕੀ ਜੋ ਸਾਡੇ ਪੈਸੰਜਰ ਲੋਕਲ ਹੈ ਨੇ ਪੰਜਾਬ ਦੇ ਨੇ, ਉਹਦੇ ਵਿੱਚ ਲਈ ਬੱਸਾਂ ਸਾਡੇ ਦੋ ਬੱਸਾਂ ਦੀ ਸਵਾਰੀ ਹੋਈ ਸੀ ਅਜੇ ਤੱਕ, ਅਤੇ ਔਨ ਡਿਮਾਂਡ ਅਸੀਂ ਇਹ ਚਲਾਵਾਂਗੇ ਬੱਸ ਜਿਵੇਂ ਡਿਮਾਂਡ ਆਈ ਜਾਂਦੀ ਹੈ। ਸਰ ਜਿਵੇਂ ਇੱਥੇ ਨਾ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਨਾ ਹੀ ਇੱਥੇ ਪੱਖੇ ਚੱਲ ਰਹੇ, ਸਵਾਰੀਆਂ ਕਾਫੀ ਪਰੇਸ਼ਾਨ ਆ। ਪਾਣੀ ਦਾ ਪੀਣ ਦਾ ਇੰਤਜ਼ਾਮ ਹੈ ਜੀ, ਸਾਡਾ ਬੱਸ ਸਟੈਂਡ ਤੋਂ ਮੇਨ ਪਹਿਲਾਂ ਤੋਂ ਪਾਣੀ ਦਾ ਇੰਤਜ਼ਾਮ ਹੈ, ਲੱਗਿਆ ਪਾਣੀ ਦਾ ਜੀ ਬਿਲਕੁਲ। ਜਿਵੇਂ ਅਸੀਂ ਮੈਨੇਜਰ ਸਾਹਿਬ ਨਾਲ ਗੱਲਬਾਤ ਕੀਤੀ, ਉਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਬੱਸਾਂ ਆ ਇੱਥੋਂ ਨੋਨ ਸਟੋਪ ਬੱਸਾਂ ਚਲਾਈਆਂ ਗਈਆਂ, ਉਹਦੇ ਵਿੱਚ ਰਸਤੇ ਦੇ ਵਿੱਚ ਕਿਸੇ ਵੀ ਰਸਤੇ ਦੀ ਸਵਾਰੀ ਨਾ ਹੀ ਚੱਕੀ ਜਾਵੇਗੀ, ਸਿਰਫ ਜੋ ਇਸ ਸਟੋਪ ਤੋਂ ਸਵਾਰੀ ਬਿਠਾਈ ਜਾਵੇਗੀ, ਅਤੇ ਜੇ ਜਿਵੇਂ ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਹੀ ਜਾ ਕੇ ਲਾਈ ਜਾਵੇਗੀ, ਅਤੇ ਰਸਤੇ ਦੀ ਕੋਈ ਵੀ ਸਵਾਰੀ ਵਿੱਚ ਨਹੀਂ ਹੋਵੇਗੀ। ਅਤੇ ਸਵਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਇੱਥੇ ਪਾਣੀ ਦੀ ਦਿੱਕਤ ਆ, ਨਾ ਕੋਈ ਬੱਤੀ ਹੈ, ਅਸੀਂ ਸਵੇਰ ਦੇ ਆਣ ਕੇ ਬੈਠੇ, ਸਰਕਾਰ ਨੇ ਜੋ ਹਾਲੇ ਟਾਈਮਿੰਗ ਨਹੀਂ ਦਿੱਤੀ। ਪਰ ਮੈਨੇਜਰ ਸਾਹਿਬ ਦਾ ਕਹਿਣਾ ਜੋ ਪਹਿਲੇ ਬੱਸਾਂ ਆਈਆਂ ਸੀ ਉਹਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਸੀ ਉਹ ਬੈਠ ਕੇ ਚਲੇ ਗਏ ਨੇ, ਹੁਣ ਦੇਖਣਾ ਇਹ ਹੋਵੇਗਾ ਜੋ ਇਸ ਸਰਕਾਰ ਵੱਲੋਂ ਬੱਸਾਂ ਚਲਾਈਆਂ ਗਈਆਂ ਨੇ ਇਹ ਆਮ ਪਬਲਿਕ ਦੇ ਲਈ ਕਿੰਨੀ ਖਾਸ ਸਾਬਿਤ ਹੁੰਦੀ ਆ, ਪਰ ਜੋ ਜੋ ਉਹਨਾਂ ਵੱਲੋਂ ਪ੍ਰੀਕੋਸ਼ਨਸ ਵਰਤਣ ਲਈ ਕਿਹਾ ਗਿਆ ਸੀ, ਡਿਸਟੈਂਸ ਬਣਾ ਕੇ ਰੱਖਣਾ, ਸੈਨੇਟਾਈਜ਼ਰ ਅਤੇ ਗਲਵਸ, ਅਤੇ ਰੋਡਵੇਜ਼ ਦੇ ਡਰਾਈਵਰਾਂ ਦੇ ਲਈ ਵੱਖਰਾ ਹੀ ਕੈਬਿਨ ਬਣਾਇਆ ਹੋਇਆ ਕਿ ਉੱਥੇ ਕੰਡਕਟਰ ਇੱਕ ਵਾਰੀ ਟਿਕਟਾਂ ਕੱਟ ਕੇ ਆਉਣਗੇ, ਆਪਣੇ ਉਸ ਕੈਬਿਨ 'ਚ ਡਰਾਈਵਰ ਅਤੇ ਸਿਰਫ ਕੰਡਕਟਰ ਹੀ ਹੋਣਗੇ, ਉਹ ਅਤੇ ਸਵਾਰੀਆਂ ਨੂੰ ਪਿਛਲੇ ਬੂਹੇ ਥਾਣੀ ਚੜਾਇਆ ਜਾਏਗਾ ਅਤੇ ਪਿਛਲੇ ਹੀ ਬਾਰੀ ਥਾਣੀ ਲਾਇਆ ਜਾਏਗਾ, ਤਾਂ ਕਿ ਕੋਈ ਵੀ ਨਾ ਸਵਾਰੀਆਂ ਨੂੰ ਕੋਈ ਪ੍ਰੋਬਲਮ ਹੋਵੇ, ਨਾ ਹੀ ਡਰਾਈਵਰ ਅਤੇ ਕੰਡਕਟਰ ਨੂੰ ਹੋਵੇ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।